ਜੇ ਤੁਸੀਂ ਪੰਜਾਬ ਦੀ ਸਿਆਸਤ ਦੇਖੋਗੇ ਤਾਂ ਤੁਹਾਨੂੰ ਲੱਗੂਗਾ ਕਿ ਤੁਸੀਂ Netflix ਦੇ ਉੱਪਰ ਕੋਈ ਪੋਲਿਟੀਕਲ ਜਿਹੜਾ ਡਰਾਮਾ ਉਸ ਦਾ ਆਨੰਦ ਮਾਣ ਰਹੇ ਹੋ ਪੰਜਾਬ ਦੀ ਸਿਆਸਤ ਨੂੰ ਤਮਾਸ਼ਾ ਬਣਾ ਕੇ ਰੱਖਤਾ ਸਿਆਸਤਦਾਨਾਂ ਨੇ ਪਿਛਲੇ ਕਈ ਦਿਨਾਂ ਦੇ ਵਿੱਚ ਇੱਕ ਡਿਬੇਟ ਤਾਂ ਬੜਾ ਉੱਠਿਆ ਕਿ ਆਜੋ ਸਾਡੇ ਨਾਲ ਡਿਬੇਟ ਕਰ ਲੋ ਵਿਰੋਧੀ ਧਿਰਾਂ ਤਾਂ ਇਹ ਚੀਜ਼ ਕਹਿੰਦੀ ਹੁੰਦੀਆਂ ਨੇ ਕਿ ਆਜੋ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਤੁਸੀਂ ਬਹਿਸ ਕਰੋ ਪਰ ਪੰਜਾਬ ਦੇ ਵਿੱਚ ਉਲਟੀ ਗੰਗਾ ਉਲਟੀ ਗੰਗਾ ਇਸ ਕਰਕੇ ਕਿ ਮੁੱਖ ਮੰਤਰੀ ਵਿਰੋਧੀਆਂ ਨੂੰ ਕਹਿ ਰਿਹਾ ਕਿ ਆਜੋ ਮੇਰੇ ਨਾਲ ਤੁਸੀਂ ਡਿਬੇਟ ਕਰੋ ਜਾਂ ਤਾਂ ਮੁੱਖ ਮੰਤਰੀ ਸਾਹਿਬ ਕੋਲੇ ਕਰਨ ਦੇ ਲਈ ਕੋਈ ਕੰਮ ਨਹੀਂ ਹੈਗਾ ਇਸ ਕਰਕੇ ਉਹ ਵਿਰੋਧੀਆਂ ਨੂੰ ਕਹਿ ਰਹੇ ਨੇ ਕਿ ਆਜੋ ਡਿਬੇਟ ਕਰੋ 2 ਸਾਲ ਦਾ ਸਮਾਂ ਤਾਂ ਹੋ ਗਿਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਦਾ ਸਮਾਂ ਰਹਿ ਗਿਆ 2 ਸਾਲ ਦੇ ਵਿੱਚ ਕਿਹੜੀ ਏਡੀ ਵੱਡੀ ਉਪਲਬਧੀ ਹੈ ਜਿਹੜੀ ਆਮ ਆਦਮੀ ਪਾਰਟੀ ਨੇ ਗਣਾਈ ਹੈ ਜਾਂ ਕਰਕੇ ਦਿਖਾਈ ਹੈ ਕਿ ਅਸੀਂ 2 ਸਾਲ ਦੇ ਵਿੱਚ ਕਾਫੀ ਵੱਡੇ ਜਿਹੜੇ ਕੰਮ ਨੇ ਉਹ ਕੰਮ ਕਰ ਲਏ ਹੁਣ 3 ਸਾਲ ਦਾ ਸਮਾਂ ਅਸੀਂ ਪੰਜਾਬ ਦੇ ਵਿੱਚ ਹਿਸਾਬ ਕਿਤਾਬ ਕਰਾਂਗੇ ਜਾਂ ਤਾਂ ਸਾਡੀ ਪੰਜਾਬ ਸਰਕਾਰ ਦੇ ਕੋਲੇ ਕਰਨ ਦੇ ਲਈ ਕੋਈ ਕੰਮ ਨਹੀਂ ਹੈਗਾ ਇਸ ਕਰਕੇ ਫੋਕੀਆਂ ਬਹਿਸਾਂ ਦੇ ਵਿੱਚ ਪੈ ਗਏ ਕਾਂਗਰਸ ਅਕਾਲੀ ਜੰਮ ਬੀਜੇਪੀ ਇਹ ਸਭ ਆਪੋਜੀਸ਼ਨ ਹੈ ਵਿਰੋਧੀ ਧਿਰ ਹੈ ਇਹ ਜੋ ਮਰਜ਼ੀ ਕਰਨ ਤੁਝੇ ਪਾਸੇ ਜਿਹੜੀ ਮੌਜੂਦਾ ਤੇ ਰਾਮਾਦਵੀ ਪਾਰਟੀ ਤੇ ਆਖਰ ਇਹਨਾਂ ਨੂੰ ਪਤਾ ਨਹੀਂ ਕੀ ਲੋੜ ਪੈ ਗਈ ਕਿ ਲੋਕਾਂ ਦੇ ਕੰਮ ਛੱਡ ਕੇ ਆਹ ਲੋਕ ਬਹਿਸਾਂ ਦੇ ਰਾਹ ਤੁਰ ਪਏ ਭਾਵੇਂ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਬਹਿਸ ਹੋ ਜੇ ਜਾਂ ਪੀਏਯੂ ਦੇ ਵਿੱਚ ਬਹਿਸ ਹੋ ਜੇ ਨਿਕਲੂਗਾ ਕੀ ਇਸ ਬਹਿਸ ਦੇ ਵਿੱਚੋਂ ਇਹ ਕੁਛ ਹੋ ਦੱਸੇ ਸਰਕਾਰ ਜਿਹੜੀ ਬਹਿਸ ਸਾਧ ਰਹੀ ਹੈ ਜਿਹੜੀਆਂ ਗੱਲਾਂ ਬਹਿਸ ਦੇ ਵਿੱਚ ਹੋਣੀਆਂ ਨੇ ਆਹੀ ਗੱਲਾਂ ਤਾਂ ਤੁਸੀਂ ਉੱਥੇ ਰੈਲੀਆਂ ਦੇ ਵਿੱਚ ਕਰਦੇ ਰਹੇ ਹੋ ਰੈਲੀਆਂ ਤੇ ਬਹਿਸ ਦੀਆਂ ਗੱਲਾਂ ਦੇ ਵਿੱਚ ਫਰਕ ਕੀ ਹੋਊਗਾ ਸੋ ਕੁੱਲ ਮਿਲਾ ਕੇ ਐਂ ਕਹ ਲਓ ਕਿ ਪੰਜਾਬ ਦੇ ਨਾਲ ਜੋ ਕੁਝ ਹੁਣ ਵਾਪਰ ਰਿਹਾ ਇਹ ਪੋਲਿਟੀਕਲ ਡਰਾਮਾ ਇਹ ਡਰਾਮਾ ਪੰਜਾਬ ਨੂੰ ਭਾਰੀ ਪੈਣਾ ਪਤਾ ਨਹੀਂ ਤਾਂ ਸਾਡੀ ਸਰਕਾਰ ਦੇ ਕੋਲ ਕਰਨ ਦੇ ਲਈ ਕੋਈ ਕੰਮ ਨਹੀਂ ਹੈਗਾ ਜੇ ਕੰਮ ਹੈਗਾ ਕਰਦੇ ਕਿਉਂ ਨਹੀਂ ਪਤਾ ਨਹੀਂ ਕੰਮ ਕਰਨਾ ਨਹੀਂ ਆਉਂਦਾ ਹੈਗਾ ਸੋ ਸੱਚਮੁੱਚ ਹੀ ਪੰਜਾਬੀ ਹੁਣ ਠੱਗੇ ਹੋਏ ਮਹਿਸੂਸ ਕਰ ਰਹੇ ਨੇ